ਹਾਂਜੀ, ਸਵਾਗਤ ਹੈ ਜੀ ਆਪ ਸਭ ਦਾ ਪੰਜਾਬੀ ਮਿਸ਼ਨ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਹਾਂ ਜੀ 1 ਮਈ ਦੀਆਂ ਨਵੀਆਂ ਤਾਜ਼ੀਆਂ ਅਪਡੇਟ, ਅਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀਆਂ ਕੁਝ ਖਾਸ ਖਬਰਾਂ। ਅਤੇ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਅੱਜ ਦੀ ਪਤਾ ਲੱਗ ਜਾਵੇ। ਸ਼ੁਰੂ ਕਰਦੇ ਹਾਂ ਅੱਜ ਦੀਆਂ ਅਪਡੇਟ। ਸਭ ਤੋਂ ਪਹਿਲਾਂ ਅੱਜ 1 ਤਰੀਕ ਹੈ, 1 ਮਈ ਹੈ, ਅਤੇ ਅੱਜ ਇਟਲੀ ਵਿੱਚ ਛੁੱਟੀ ਸੀਗੀ। ਅਤੇ ਅੱਜ ਇਟਲੀ ਵਿੱਚ ਜਿੰਨੇ ਵੀ ਵਰਕਰ ਆ ਉਹਨਾਂ ਦਾ ਡੇ ਮਨਾਇਆ ਜਾਂਦਾ ਆ, ਫੈਸਟਾ ਦੀ ਲੈਬੋਰਾਟੋਰੀ ਮਨਾਇਆ ਜਾਂਦਾ ਆ, ਅਤੇ ਇਸ ਕਰਕੇ ਅੱਜ ਸਾਰੇ ਇਟਲੀ ਵਿੱਚ ਛੁੱਟੀ ਮਨਾਈ ਗਈ ਆ। ਅਤੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਜਿਹੜੇ ਵਰਕਰ ਸੀਗੇ ਜਿਹਨਾਂ ਵੱਲੋਂ ਹੜਤਾਲਾਂ ਕੀਤੀਆਂ ਗਈਆਂ ਸੀਗੀਆਂ ਆਪਣੇ ਹੱਕ ਲੈਣ ਦੇ ਵਾਸਤੇ, ਅਤੇ ਉਸ ਵਕਤ ਇੱਕ ਨਾਰਾ ਲਗਾਇਆ ਜਾਂਦਾ ਸੀਗਾ ਵੀ ਜੇਕਰ 8 ਘੰਟੇ ਤੁਹਾਨੂੰ ਘੱਟ ਲੱਗਦੇ ਹੈ, ਅਮੀਰ ਲੋਕਾਂ ਦੇ ਵਾਸਤੇ ਸਰਕਾਰਾਂ ਵਾਸਤੇ ਸੀਗਾ, ਜੇਕਰ ਤੁਹਾਨੂੰ 8 ਘੰਟੇ ਘੱਟ ਲੱਗਦੇ ਆ ਤੁਸੀਂ ਆਪ ਕੰਮ ਕਰਕੇ ਦੇਖੋ। ਇਸ ਕਰਕੇ ਇਹ ਪੁਰਾਣੇ ਸਮੇਂ ਦੇ ਵਿੱਚ ਜੋ ਉਸ ਟਾਈਮ ਰੈਵੋਲਿਊਸ਼ਨ ਹੋਈਆਂ ਉਸ ਟਾਈਮ ਇਹ ਛੁੱਟੀ ਜਿਹੜੀ ਹੈ ਆਪਣਾ ਅਧਿਕਾਰ ਲਿਆ, ਅਤੇ ਇੱਕ ਵਰਕਰਸ ਡੇ ਜਿਹੜਾ ਆ ਰੱਖਿਆ ਗਿਆ ਦੁਨੀਆ ਦੇ ਵਿੱਚ, ਜਿਸ ਦੇ ਵਿੱਚ ਸਾਰੇ ਜਿੰਨੇ ਵੀ ਵਰਕਰਸ ਆ ਉਹਨਾਂ ਨੂੰ ਯਾਦ ਕੀਤਾ ਜਾਂਦਾ, ਅਤੇ ਉਹਨਾਂ ਦੇ ਵਾਸਤੇ ਇਹ ਛੁੱਟੀ ਮਨਾਈ ਜਾਂਦੀ ਆ। ਇਸ ਤੋਂ ਬਾਅਦ ਚੱਲਦੇ ਹਾਂ ਜੀ ਅੱਗੇ ਅੱਜ ਦੀਆਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਕਿਸੇ ਵੀਰ ਦਾ ਮੈਸੇਜ ਸੀਗਾ, ਉਹ ਕਹਿ ਰਹੇ ਸੀ ਕਿ ਭਾਅ ਜੀ ਅਸੀਂ ਆਪਣੀ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਆ, 2 ਸਾਲ ਪਹਿਲਾਂ ਅਪਲਾਈ ਕੀਤੀ ਨੂੰ ਸਾਨੂੰ ਹੋ ਚੁੱਕੇ ਆ, ਅਤੇ ਟਾਈਮ ਸਾਡਾ 2 ਸਾਲ ਤੋਂ ਉੱਤੇ ਚਲੇ ਗਿਆ ਹੈ, ਪਰ ਹਾਲੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਹੈਗੀ, ਅਤੇ ਅਸੀਂ ਕੀ ਕਰੀਏ ਹੁਣ। ਤੁਸੀਂ ਇਹਦੇ ਵਿੱਚ ਇਹ ਆ ਜੀ, ਜੇਕਰ ਤੁਹਾਡਾ 1-2 ਸਾਲ ਤੋਂ ਉੱਪਰ ਹੋ ਚੁੱਕਾ ਆ ਸਮਾਂ, ਅਤੇ ਤੁਸੀਂ ਕਨਫਰਮ ਕਰ ਸਕਦੇ, ਜਿਹੜੀ ਵੈਬਸਾਈਟ ਹੁੰਦੀ ਉਹਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹਾਂ। ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਆਪਣਾ ਦਮਾਂਦਾ ਦੇਖ ਸਕਦੇ ਹਾਂ, ਤੁਹਾਡਾ ਦਮਾਂਦਾ ਕਿੱਥੇ ਤੱਕ ਪਹੁੰਚਿਆ, ਪਲੱਸ ਤੁਸੀਂ ਆਪਣੇ ਕਮੂਨੇ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਪੁੱਛ ਸਕਦੇ ਹਾਂ ਵੀ ਅਸੀਂ ਆਪਣੀ ਸਿਟੀਜ਼ਨਸ਼ਿਪ 2 ਸਾਲ ਪਹਿਲਾਂ ਤੋਂ ਅਪਲਾਈ ਕੀਤੀ ਸੀਗੀ, ਇਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਕਮੂਨੇ ਨੂੰ ਆਈ ਹੈ ਜਾਂ ਨਹੀਂ ਆਈ, ਸਿਟੀਜ਼ਨਸ਼ਿਪ ਤੁਹਾਡੀ ਆਈ ਹੈ ਜਾਂ ਨਹੀਂ ਆਈ। ਬਾਕੀ ਇਸ ਤੋਂ ਇਲਾਵਾ ਜੇਕਰ 2 ਸਾਲ ਤੋਂ ਟਾਈਮ ਉੱਤੇ ਲੰਘ ਚੁੱਕਾ ਆ ਤਾਂ ਹੋ ਸਕਦਾ ਕੋਈ ਨਾ ਕੋਈ ਤੁਹਾਡੇ ਵਿੱਚ ਪ੍ਰੋਬਲਮ ਆ ਗਈ ਹੋਵੇ, ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਪਈ ਹੈ ਤਾਂ ਤੁਹਾਨੂੰ ਕੋਈ ਨਾ ਕੋਈ ਕਮਿਊਨੀਕੇਸ਼ਨ ਆ ਜਾਣੀ ਆ, ਕਿਉਂਕਿ ਮੈਕਸੀਮਮ ਟਾਈਮ ਜਿਹੜਾ 2 ਸਾਲ ਦਾ ਹੁੰਦਾ ਆ, ਪਰ ਕਿਸੇ ਪ੍ਰੋਬਲਮ ਆਉਣ ਦੇ ਕਰ ਚੱਲਦੇ ਹਾਂ ਕਿਸੇ ਵਕਤ ਟਾਈਮ 2 ਸਾਲ ਤੋਂ ਵੱਧ ਕੇ 3 ਸਾਲ ਤੱਕ ਤਾਂ ਲੱਗ ਸਕਦਾ, ਸਪੈਸ਼ਲ ਜੇਕਰ ਕੋਈ ਕੇਸ ਹੋ ਜਾਵੇ। ਸੋ ਇਸ ਕਰਕੇ ਤੁਸੀਂ ਆਪਣੀ ਕਨਫਰਮ ਕਰੋ, ਜੇਕਰ ਤੁਹਾਨੂੰ ਕੋਈ ਕਮਿਊਨੀਕੇਸ਼ਨ ਆਈ ਹੈ ਜਾਂ ਤੁਹਾਨੂੰ ਕੋਈ ਐਸੀ ਪ੍ਰੋਬਲਮ ਹੈ ਤਾਂ ਉਹਦੇ ਬਾਰੇ ਵੀ ਪਤਾ ਲਗਾਵੋ। ਤੁਸੀਂ ਜਿਸ ਵਕੀਲ ਦੇ ਕੋਲੋਂ ਆਪਣੀ ਅਪਲਾਈ ਕਰਾਈ ਹੈ ਸਿਟੀਜ਼ਨਸ਼ਿਪ, ਸੋ ਉਸ ਦੇ ਨਾਲ ਗੱਲ ਕਰੋ, ਅਤੇ ਉਸ ਨੂੰ ਪੁੱਛੋ ਇਹ ਪੂਰੀ ਜੋ ਵੀ ਇਸ ਵਕਤ ਤੁਹਾਡਾ ਲੇਟ ਹੋ ਰਿਹਾ ਕੰਮ, ਹੋ ਸਕਦਾ ਕੋਈ ਡਾਕੂਮੈਂਟ ਵਿੱਚ ਕੋਈ ਪ੍ਰੋਬਲਮ ਆ ਗਈ, ਬਟ ਜੇਕਰ ਕੋਈ ਐਸੀ ਪ੍ਰੋਬਲਮ ਹੁੰਦੀ ਹੈ ਤਾਂ ਪ੍ਰੋਬਲਮ ਪਹਿਲਾਂ ਹੀ ਪਤਾ ਲੱਗ ਜਾਂਦੀ ਆ। ਅਪਲਾਈ ਜੇ ਤੁਸੀਂ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਹੀ ਕੁਛ ਮਹੀਨਿਆਂ ਦੇ ਵਿੱਚ ਜੇਕਰ ਕੋਈ ਪ੍ਰੋਬਲਮ ਨਿਕਲੇ ਤਾਂ ਅਕਸਰ ਇਨਫੋਰਮੇਸ਼ਨ ਜਿਹੜੀ ਆ ਪਿੱਛੋਂ ਆ ਜਾਂਦੀ ਆ, ਕਮਿਊਨੀਕੇਸ਼ਨ ਤੁਹਾਨੂੰ ਮੈਸੇਜ ਵਗੈਰਾ ਜਾਂ ਕੁਛ ਨਾ ਕੁਛ ਪਤਾ ਲੱਗ ਜਾਂਦਾ ਹੁੰਦਾ। ਸੋ ਬਾਕੀ ਜੇ ਤੁਸੀਂ ਕਿਹਾ ਵੀ 2 ਸਾਲ ਹੋ ਗਏ ਆ ਪੂਰੇ ਥੋੜ੍ਹੇ ਟਾਈਮ ਪਹਿਲਾਂ, ਅਤੇ ਫਿਰ ਤੁਸੀਂ ਥੋੜ੍ਹਾ ਜਿਹਾ ਵੇਟ ਕਰ ਸਕਦੇ, ਹੋ ਸਕਦਾ 1-2 ਮਹੀਨੇ ਦੇ ਵਿੱਚ ਤੁਹਾਨੂੰ ਕਮਿਊਨੀਕੇਸ਼ਨ ਆ ਜਾਵੇ, ਨਹੀਂ ਤਾਂ ਤੁਸੀਂ ਫਿਰ ਆਪਣੇ ਕਮੂਨੇ ਵਿੱਚ ਜਾ ਕੇ ਪਤਾ ਕਰ ਸਕਦੇ ਹਾਂ। ਜੇ ਤੁਸੀਂ ਪਤਾ ਨਹੀਂ ਕੀਤਾ ਹਾਲੇ ਤੱਕ ਤਾਂ ਜਾ ਕੇ ਪਤਾ ਕਰੋ, ਅਤੇ ਔਨਲਾਈਨ ਚੈੱਕ ਕਰੋ ਤੁਹਾਡਾ ਦਮਾਂਦਾ ਕਿਸ ਪੁਜੀਸ਼ਨ 'ਤੇ ਪਹੁੰਚਿਆ ਹੋਇਆ ਆ, ਪਲੱਸ ਤੁਸੀਂ ਆਪਣੇ ਵਕੀਲ ਦੇ ਨਾਲ ਗੱਲ ਕਰੋ ਅਤੇ ਉਹਨੂੰ ਪੁੱਛੋ ਵੀ ਕੀ ਪ੍ਰੋਬਲਮ ਹੈ ਸਾਡੀ, ਜੇਕਰ 2 ਸਾਲ ਤੋਂ ਵੱਧ ਟਾਈਮ ਲੱਗ ਗਿਆ ਹਾਲੇ ਤੱਕ ਨਹੀਂ ਮਿਲੀ। ਜੇਕਰ ਤੁਹਾਨੂੰ ਕੋਈ ਵੀ ਮੈਸੇਜ ਨਹੀਂ ਆਇਆ ਤਾਂ ਫਿਰ ਕੋਈ ਨਹੀਂ, ਡਰਨ ਵਾਲੀ ਗੱਲ ਨਹੀਂ ਹੈਗੀ, ਹੋ ਸਕਦਾ ਕੋਈ ਟੈਕਨੀਕਲ ਵਜ੍ਹਾ ਦੇ ਨਾਲ ਲੇਟ ਹੋ ਗਈ ਹੋਵੇ, ਤੁਸੀਂ ਇਹ ਕਰਕੇ ਦੇਖ ਸਕਦੇ ਹਾਂ। ਬਾਕੀ ਸਾਨੂੰ ਕਮੈਂਟ ਕਰਿਓ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੀ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਇਟਲੀ ਦੇ ਜਿਹੜੇ ਪ੍ਰੀਮੀਅਰ ਆ ਜੋਰਜੀਆ ਮੇਲੋਨੀ, ਇਹਨਾਂ ਵੱਲੋਂ ਅੱਜ ਵਧਾਈਆਂ ਦਿੱਤੀਆਂ ਗਈਆਂ ਆਪਣੇ ਜਿੰਨੇ ਵੀ ਵਰਕਰ ਇਟਲੀ ਵਿੱਚ ਕੰਮ ਕਰਦੇ ਆ ਅਤੇ ਆਪਣੀ ਫੇਸਬੁੱਕ ਦੇ ਉੱਤੇ, ਅਤੇ ਉਹਨਾਂ ਨੇ ਕਿਹਾ ਵੀ ਇਸ ਵਕਤ ਅੱਜ ਇਹਨਾਂ ਦਾ ਦਿਨ ਆ ਅਤੇ ਅਸੀਂ ਇਸ ਨੂੰ ਬਹੁਤ ਖੁਸ਼ੀ ਖੁਸ਼ੀ ਮਨਾ ਰਹੇ ਹਾਂ, ਕਿਉਂਕਿ ਇਟਲੀ ਦੇ ਵਿੱਚ ਵਰਕਰ ਜਿਹੜੇ ਆ ਇਹਨਾਂ ਦੇ ਸਿਰ 'ਤੇ ਹੀ ਇਟਲੀ ਅੱਗੇ ਜਾ ਰਿਹਾ। ਪਲੱਸ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਦੱਸਿਆ ਵੀ ਕੱਲ੍ਹ ਜੋ ਤੁਹਾਨੂੰ ਆਪਾਂ ਖਬਰ ਦੱਸੀ, ਇੱਕ ਸਰਕਾਰ ਵੱਲੋਂ ਇੱਕ ਨਵਾਂ ਪੈਕਟ ਅਨਾਊਂਸਮੈਂਟ ਕੀਤਾ ਗਿਆ, ਉਹਦਾ ਜਿਹੜੀ ਕੱਲ੍ਹ ਮੀਟਿੰਗ ਹੋਈ ਆ ਫਿਰ ਅਪਰੂਵ ਕੀਤਾ ਗਿਆ ਉਸਦੇ ਉੱਤੇ ਇਹਨਾਂ ਨੇ ਗੱਲ ਕੀਤੀ, ਕਹਿੰਦੇ ਵੀ ਅਸੀਂ ਤਕਰੀਬਨ ਇੱਕ ਨਵਾਂ ਜਿਹੜਾ ਪੈਕੇਜ ਆ ਲੈ ਕੇ ਆ ਰਹੇ ਹਾਂ ਜਿਹੜਾ ਕਿ 5 ਬਿਲੀਅਨ ਯੂਰੋ ਦਾ ਆ,
ਅਤੇ ਇਹ ਜਿਹੜਾ ਨਵਾਂ ਪੈਕੇਜ ਹੈ ਤਕਰੀਬਨ 5 ਬਿਲੀਅਨ ਯੂਰੋ ਦਾ, 500 ਕਰੋੜ ਯੂਰੋ ਦਾ ਆ। ਅਤੇ ਇਹਦੇ ਨਾਲ ਕਹਿਣਾ ਹੈ ਜੀ ਅਸੀਂ ਨਵੀਂ ਆਕੂਪੇਸ਼ਨ ਇਟਲੀ ਵਿੱਚ ਦੇਵਾਂਗੇ ਲੋਕਾਂ ਨੂੰ, ਨਵੇਂ ਕੰਮ ਦੇਵਾਂਗੇ। ਅਤੇ ਖਾਸ ਕਰ ਇਟਲੀ ਵਿੱਚ ਇਹਨਾਂ ਨੇ ਇਹ ਕਿਹਾ ਵੀ ਇਸ ਵਕਤ ਇਟਲੀ ਵਿੱਚ ਜਿਹੜਾ ਨੌਰਥ ਇਟਲੀ ਆ, ਨੌਰਥ ਇਟਲੀ ਵਿੱਚ ਇੰਡਸਟਰੀਜ਼ ਲੱਗੀਆਂ ਹੋਈਆਂ, ਸੋ ਇਸ ਕਰਕੇ ਨੌਰਥ ਇਟਲੀ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਗੀ। ਅਗਲਾ ਜਿਹੜਾ ਸਰਕਾਰ ਦਾ ਮਕਸਦ ਇਹ ਹੈ ਵੀ ਜਿਹੜਾ ਗੱਭੇ ਇਟਲੀ ਜਿੰਨੀ ਵੀ ਲੱਗਦੀ ਆ, ਸੈਂਟਰਲ ਇਟਲੀ ਜਾਂ ਜਿਹੜੀ ਸਾਊਥ ਇਟਲੀ ਆ, ਇਹਨਾਂ ਵਿੱਚ ਵੀ ਲੋਕਾਂ ਨੂੰ ਓਕੂਪੇਸ਼ਨ ਦਿੱਤੀ ਜਾਵੇ, ਇਸ ਇਲਾਕਿਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਕੀਤੀ ਜਾਵੇ ਆਉਣ ਵਾਲੇ ਸਾਲਾਂ ਦੇ ਵਿੱਚ। ਪਲੱਸ ਇਹਦੇ ਬਾਰੇ ਮੇਲੋਨੀ ਨੇ ਵੀ ਕਿਹਾ ਜੀ, ਅਸੀਂ ਵੀ ਇੱਕ ਜਿਹੜੀ ਹੋਰ ਚਰਚਾ ਜਿਹੜੀ ਕੀਤੀ ਆ ਉਹਦੇ ਵਿੱਚ ਇਹ ਵੀ ਆ ਵੀ ਜੇਕਰ ਕੋਈ ਵੀ ਕੰਪਨੀ 35 ਸਾਲ ਤੋਂ ਥੱਲੇ ਵਰਕਰ ਨੂੰ ਰੱਖਦੀ ਆ ਪੱਕੇ ਕੰਟਰੈਕਟ ਦੇ ਉੱਤੇ, ਅਤੇ 2 ਸਾਲ ਦੇ ਵਾਸਤੇ ਉਹਦਾ ਟੈਕਸ ਕੰਪਨੀ ਨਹੀਂ ਤਾਰੇਗੀ। ਯਾਨੀ ਕਿ ਜੇਕਰ ਕੋਈ ਵੀ ਕੰਪਨੀ ਆ ਉਹ 35 ਸਾਲ ਤੋਂ ਥੱਲੇ ਵਰਕਰ ਨੂੰ ਪੱਕਾ ਕੰਟਰੈਕਟ ਦਿੰਦੀ ਆ, ਅਤੇ ਉਸ ਵਕਤ ਕੰਪਨੀ 2 ਸਾਲ ਦੇ ਵਾਸਤੇ ਟੈਕਸ ਦੇਣ ਦੀ ਕੰਪਨੀ ਨੂੰ ਕੋਈ ਲੋੜ ਨਹੀਂ ਗੀ। ਤਕਰੀਬਨ 500 ਯੂਰੋ ਟੈਕਸ ਦੇਣਾ ਪੈਂਦਾ ਨੋਰਮਲ ਬੰਦੇ ਦਾ ਕੰਪਨੀ ਨੂੰ, ਉਹ 2 ਸਾਲ ਦੇ ਵਾਸਤੇ ਟੈਕਸ ਕੰਪਨੀ ਨੂੰ ਮਾਫ਼ ਹੋ ਜਾਂਦਾ, ਇਸ ਸ਼ਰਤ ਦੇ ਨਾਲ ਵੀ ਉਹਨੂੰ ਪੱਕਾ ਕੰਟਰੈਕਟ ਮਿਲੇ। ਇਹ ਸਾਰੇ ਇਟਲੀ ਵਿੱਚ ਕਾਨੂੰਨ ਵੈਲਿਡ ਆ, ਪਰ ਜਿਹੜਾ ਮੈਨੂੰ ਜ਼ੋਰ ਨੂੰ ਇਲਾਕਾ ਲੱਗਦਾ ਇਟਲੀ ਦਾ, ਯਾਨੀ ਕਿ ਜਿਹੜਾ ਸੈਂਟਰ ਇਟਲੀ ਆ, ਜਿਹਨਾਂ ਲੋਕਾਂ ਨੂੰ ਨਹੀਂ ਪਤਾ ਮੈਜੋ ਜ਼ੋਰ ਨੂੰ ਕਿਹਨੂੰ ਕਿਹਾ ਜਾਂਦਾ ਹੈ, ਮੈਜੋ ਜ਼ੋਰ ਨੂੰ ਇਟਲੀ ਦਾ ਇੱਕ ਹਿੱਸੇ ਨੂੰ ਕਿਹਾ ਜਾਂਦਾ ਆ। ਇਸ ਹਿੱਸੇ ਦੇ ਵਿੱਚ ਜਿਹੜੀਆਂ ਸਟੇਟਸ ਆਉਂਦੀਆਂ ਦੀ ਉਹਦੇ ਵਿੱਚ ਅਬਰੂਸੋ, ਬਾਜ਼ਲੀਕਾਤਾ, ਕਲਾਬਰੀਆ, ਕੰਪਾਨੀਆ, ਮੁਲੀਜ਼ੇ, ਪੂਲੀਆ ਅਤੇ ਸਰਦੀਨੀਆ ਅਤੇ ਸਿਚੀਲੀਆ, ਇਹ ਸਾਰੇ ਨੂੰ ਇਕੱਠੇ ਨੂੰ ਮਿਲਾ ਕੇ ਮੈਜੋ ਜ਼ੋਰ ਨੂੰ ਕਿਹਾ ਜਾਂਦਾ ਆ। ਅਤੇ ਜਿਹੜੇ ਲੋਕ ਇਹਨਾਂ ਸਟੇਟਾਂ ਦੇ ਵਿੱਚ ਰਹਿ ਰਹੇ ਆ, ਜੇਕਰ ਉਹਨਾਂ ਦੀ ਉਮਰ 35 ਸਾਲ ਤੋਂ ਉੱਤੇ ਵੀ ਆ, ਅਤੇ ਉਹ ਜੇਕਰ ਕੋਈ ਕੰਪਨੀ ਉਹਨਾਂ ਨੂੰ ਪੱਕਾ ਕੰਟਰੈਕਟ ਦਿੰਦੀ ਆ, ਤਾਂ ਉਹਨਾਂ ਵਾਸਤੇ ਵੀ 2 ਸਾਲ ਦੇ ਵਾਸਤੇ ਕੰਪਨੀ ਨੂੰ ਮਾਫ਼ ਕੀਤਾ ਜਾਊਗਾ ਟੈਕਸ। ਸੋ ਬਾਕੀ ਇਟਲੀ ਵਿੱਚ ਰੂਲ ਸਿਰਫ 35 ਸਾਲ ਤੋਂ ਥੱਲੇ ਵਾਲਿਆਂ ਲਈ ਆ, ਇਹਨਾਂ ਇਲਾਕਿਆਂ ਦੇ ਵਿੱਚ ਰੂਲ 35 ਸਾਲ ਤੋਂ ਉੱਪਰ ਵਾਲਿਆਂ ਲਈ ਵੀ ਆ, ਜੇਕਰ ਉਹਨਾਂ ਨੂੰ ਵੀ ਪੱਕਾ ਕੰਟਰੈਕਟ ਕਰਦੀ ਹੈ ਕੰਪਨੀ। ਅਤੇ ਇਸੇ ਕਰਕੇ ਇਟਲੀ ਜਿਹੜਾ ਆ ਜੀ 2 ਹਿੱਸਿਆਂ ਦੇ ਵਿੱਚ ਡਿਵਾਈਡ ਆ ਟੋਟਲ। ਇੱਕ ਤਾਂ ਮੈਜੋ ਜ਼ੋਰਨੋ ਦਾ ਇਲਾਕਾ ਤੁਹਾਨੂੰ ਦੱਸਿਆ ਆਪਾਂ, ਜਿਹਦੇ ਵਿੱਚ ਇੰਨੀਆਂ ਸਟੇਟਸ ਆਉਂਦੀਆਂ, ਦੂਜੇ ਪਾਸੇ ਚੈਂਤਰੋ ਨੋਰਦ ਅਸੀਂ ਤੁਹਾਨੂੰ ਜਦੋਂ ਵੈਦਰ ਦੱਸੀਦਾ ਤਾਂ ਉਦੋਂ ਵੀ ਦੱਸੀਦਾ ਵੀ ਸੈਂਟਰ ਇਟਲੀ ਵਿੱਚ ਜਾਂ ਨੌਰਥ ਇਟਲੀ ਵਿੱਚ। ਸੋ ਇਸ ਤਰੀਕੇ ਨਾਲ ਚੈਂਤਰੋ ਨੋਰਥ ਵਿੱਚ ਬਾਕੀ ਜਿਹੜਾ ਹਿੱਸਾ ਆ ਮੈਜੋ ਜ਼ੋਰਨੋ ਥੱਲੇ ਵਾਲਾ ਹਿੱਸਾ, ਫਿਰ ਚੈਂਤਰੋ ਵਿੱਚ ਜਿਹੜੇ ਬਾਕੀ ਹਿੱਸਾ ਗਬਲਾ ਆਉਂਦਾ ਆ, ਅਤੇ ਨੌਰਥ ਇਟਲੀ ਜਿਹੜਾ ਨੌਰਥ ਇਟਲੀ ਦਾ ਹਿੱਸਾ ਆਉਂਦਾ। ਇਹ ਤਾਂ ਹੋ ਗਈ ਬੰਦਿਆਂ ਦੀ ਗੱਲ। ਪਲੱਸ ਮੇਲੋਨੀ ਨੇ ਵੀ ਕਿਹਾ ਵੀ ਜਿਹੜੇ ਲੜਕੀਆਂ ਆ, ਔਰਤਾਂ ਆ, ਉਹਨਾਂ ਨੂੰ ਪੂਰੀ ਇਟਲੀ ਵਿੱਚ ਹੀ ਇਹ ਰੂਲ ਵੈਲਿਡ ਆ, ਕੋਈ ਵੀ ਉਮਰ ਹੋਵੇ ਉਹਨਾਂ ਦੀ, ਉਹਨਾਂ ਵਾਸਤੇ ਰੂਲ ਵੈਲਿਡ ਆ ਹਮੇਸ਼ਾ। ਅਤੇ ਨਾਲ ਇਹਨਾਂ ਨੇ ਵੀ ਦੱਸਿਆ ਵੀ ਜਦੋਂ ਦੀ ਸਾਡੀ ਸਰਕਾਰ ਆਈ ਆ ਜੀ, ਉਸ ਟਾਈਮ ਤੱਕ ਉਦੋਂ ਤੋਂ ਇਟਲੀ ਦੇ ਵਿੱਚ ਤਕਰੀਬਨ 5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੰਮ ਦਿੱਤਾ ਹੈ ਅਸੀਂ, ਅਤੇ ਇਸ ਵਕਤ ਬਹੁਤ ਲੋਕਾਂ ਨੂੰ ਕੰਮ ਮਿਲਿਆ ਹੈ, ਇਸ ਕਰਕੇ ਇਟਲੀ ਵਿੱਚ ਸਭ ਤੋਂ ਜ਼ਿਆਦਾ ਇੱਕ ਨਵਾਂ ਰਿਕਾਰਡ ਬਣਿਆ ਆ, ਕਾਫੀ ਜ਼ਿਆਦਾ ਔਰਤਾਂ ਕੰਮ ਕਰ ਰਹੀਆਂ ਇਟਲੀ 'ਚ, ਕੰਟਰੈਕਟ ਲੋਕਾਂ ਦੇ ਜ਼ਿਆਦਾ ਹੋ ਰਹੇ ਆ, ਕੰਮ ਲੋਕਾਂ ਨੂੰ ਜ਼ਿਆਦਾ ਜਲਦੀ ਮਿਲਦਾ ਪਿਆ। ਸੋ ਇਹ ਚੰਗੀ ਅਪਡੇਟ ਆ ਜੀ ਇਟਲੀ ਦੇ ਵਾਸਤੇ, ਅਤੇ ਇਹ ਜਿਹੜੇ ਕਿ ਬਿਆਨ ਦਿੱਤੇ ਅੱਜ ਮੈਲੋਨੀ ਉਹਨਾਂ ਨੇ। ਇਸ ਤੋਂ ਅਗਲੀ ਖਬਰ ਹੈਗੀ ਆ ਜੀ ਪਚੈਂਸਾ ਇਲਾਕੇ ਤੋਂ। ਪਚੈਂਸਾ ਇਲਾਕੇ ਦੇ ਵਿੱਚ ਸਟੂਡੈਂਟ ਨੂੰ ਸਕੂਲਾਂ ਦੇ ਵਿੱਚ ਜਿਹੜਾ ਖਾਣਾ ਦਿੱਤਾ ਜਾਂਦਾ ਆ, ਉਸ ਖਾਣੇ ਦੇ ਵਿੱਚ ਖਾ ਕੇ ਬੱਚੇ ਬੇਹੋਸ਼ ਹੋ ਗਏ, ਕਈ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਗਈਆਂ, ਕਈ ਬੱਚਿਆਂ ਨੂੰ ਉਹਨਾਂ ਦੀ ਸਿਹਤ ਖਰਾਬ ਹੋ ਗਈ ਅਤੇ ਹੋਸਪਿਟਲ ਲੈ ਕੇ ਜਾਣਾ ਪਿਆ। ਇਹ ਘਟਨਾ ਅੱਜ ਪਚੈਂਸਾ ਇਲਾਕੇ ਦੇ ਵਿੱਚ ਵਾਪਰੀ ਆ, ਤਕਰੀਬਨ 7-8 ਬੱਚਿਆਂ ਨੂੰ ਇਹ ਘਟਨਾ ਜਿਹੜੀ ਉਹਨਾਂ ਦੇ ਨਾਲ ਵਾਪਰੀ ਆ, ਜਿਸ ਟਾਈਮ ਉਹਨਾਂ ਨੇ ਸਕੂਲ ਮੈਨਸਾ ਦੇ ਵਿੱਚ ਆਪਣਾ ਖਾਣਾ ਖਾਧਾ। ਬਾਕੀ ਜਾਂਚ ਹੋ ਰਹੀ ਆ ਜੀ ਕੀ ਇਹਦੇ ਵਿੱਚ ਨਿਕਲਿਆ, ਖਾਣ ਦੇ ਵਿੱਚ ਕੋਈ ਐਸੀ ਜ਼ਹਿਰੀਲੀ ਚੀਜ਼ ਸੀ ਜਾਂ ਕੀ ਪ੍ਰੋਬਲਮ ਸੀ ਜਿਹਨਾਂ ਕਰਕੇ ਇਹ ਕੰਮ ਹੋਇਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਵਟਸਐਪ ਨੂੰ ਲੈ ਕੇ ਆ। ਵਟਸਐਪ ਦਾ ਇੱਕ ਨਵਾਂ ਫੰਕਸ਼ਨ ਆ ਰਿਹਾ ਜਿਹਦੇ ਵਿੱਚ ਵਟਸਐਪ ਹੁਣ ਸਾਰੇ ਯੂਜ਼ਰਸ ਨੂੰ ਦੱਸੇਗਾ ਵੀ ਆਹ ਬੰਦਾ ਥੋੜ੍ਹੇ ਟਾਈਮ ਪਹਿਲਾਂ ਔਨਲਾਈਨ ਹੋਇਆ ਜਾਂ ਨਹੀਂ ਹੋਇਆ, ਕਿਉਂਕਿ ਲੋਕ ਕੀ ਕਰਦੇ ਆ ਜੀ ਲੋਕ ਵਟਸਐਪ ਦੇ ਉੱਤੇ ਤੁਸੀਂ ਜੇਕਰ ਕਿਸੇ ਨੂੰ ਮੈਸੇਜ ਕਰਦੇ ਆ ਤਾਂ ਤੁਹਾਡਾ ਰਿਪਲਾਈ ਕਾਫੀ ਘੰਟਿਆਂ ਬਾਅਦ ਕਰਦੇ ਆ, ਹਾਲਾਂਕਿ ਮੈਸੇਜ ਸਾਰੇ ਉੱਤੋਂ ਨੋਟੀਫਿਕੇਸ਼ਨ ਤੋਂ ਲੋਕ ਪੜ੍ਹ ਲੈਂਦੇ ਆ।
ਇਹਦੇ ਚੱਲਦੇ ਵਟਸਐਪ ਇਸ ਦੇ ਕਾਫੀ ਖਿਲਾਫ਼ ਹੈ, ਉਹ ਕਹਿ ਰਿਹਾ ਵੀ ਇਸ ਚੀਜ਼ ਦੇ ਨਾਲ ਲੋਕਾਂ ਨੂੰ ਨੁਕਸਾਨ ਵੀ ਹੋ ਰਿਹਾ ਕਾਫੀ ਜਗ੍ਹਾ ਦੇ ਉੱਤੇ। ਇਸ ਕਰਕੇ ਇੱਕ ਨਵਾਂ ਫੰਕਸ਼ਨ ਆ ਰਿਹਾ ਜਿਹਦੇ ਵਿੱਚ ਇਸ ਚੀਜ਼ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਆ ਯੂਜ਼ਰ ਔਨਲਾਈਨ ਹੋਇਆ ਪਰ ਤੁਹਾਡਾ ਰਿਪਲਾਈ ਇਹਨੇ ਨਹੀਂ ਕੀਤਾ। ਹੁਣ ਇਹ ਬੰਦ ਹੈਗਾ ਆ ਪ੍ਰੋਗਰਾਮ, ਤੁਸੀਂ ਬੰਦ ਕਰ ਸਕਦੇ ਹੋ ਇਸ ਆਪਸ਼ਨ ਨੂੰ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗ ਜਾ ਕਰਨਾ। ਬਾਕੀ ਇਹ ਫੰਕਸ਼ਨ ਨਵਾਂ ਜਿਹੜਾ ਆ ਰਿਹਾ ਜਲਦੀ। ਇਸ ਤੋਂ ਅਗਲਾ ਇਲਾਕਾ ਜਿਹੜਾ ਇਟਲੀ ਵਿੱਚ ਲੱਗਦਾ ਹੈ ਜੀ ਕਾਂਪੀ ਫਲੇਗਰਾਈ। ਇਸ ਇਲਾਕੇ ਦੇ ਵਿੱਚ ਪਿਛਲੇ 21 ਦਿਨਾਂ ਦੇ ਵਿੱਚ ਲਗਾਤਾਰ ਭੂਚਾਲ ਦੇ ਕਈ ਝਟਕੇ ਲੱਗੇ ਆ ਅਤੇ ਜਿਹੜੀ ਉੱਥੇ ਦੀ ਧਰਤੀ ਆ ਜੀ ਉਹ 2.5 ਸੈਂਟੀਮੀਟਰ ਉੱਚੀ ਉੱਠ ਗਈ ਆ, 2.5 ਸੈਂਟੀਮੀਟਰ ਉੱਪਰ ਚਲੇ ਗਈ ਹੈ ਧਰਤੀ। ਲਗਾਤਾਰ ਧਰਤੀ ਜਿਹੜੀ ਆ ਉੱਪਰ ਨੂੰ ਜਾ ਰਹੀ ਆ ਕਿਉਂਕਿ ਥੱਲੇ ਵੁਲਕਾਨੋ ਆ ਉਸ ਇਲਾਕੇ ਦੇ ਵਿੱਚ, ਅਤੇ ਪਿਛਲੇ 21 ਦਿਨਾਂ ਤੋਂ ਲਗਾਤਾਰ ਉੱਥੇ ਚੈਕਿੰਗ ਹੋ ਰਹੀ ਹੈ, ਲਗਾਤਾਰ ਭੂਚਾਲ ਦੇ ਝਟਕੇ ਲੱਗ ਰਹੇ ਆ ਅਤੇ ਲਗਾਤਾਰ ਜਿਹੜੀ ਮਿੱਟੀ ਹੈ ਧਰਤੀ ਹੈ ਉੱਪਰ ਨੂੰ ਜਾ ਰਹੀ ਹੈ। 2.5 ਸੈਂਟੀਮੀਟਰ 21 ਦਿਨਾਂ ਵਿੱਚ ਧਰਤੀ ਉੱਤੇ ਚਲੀ ਗਈ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਫਲੋਰੀਡਾ ਅਤੇ ਲੋਸ ਏਂਜਲਸ ਦੇ ਵਿੱਚ ਅੱਜ ਲੋਕਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਹੈ ਅਤੇ ਇਹ ਪ੍ਰੋਟੈਸਟ ਪੈਲਸਟਾਈਨ ਦੇ ਹੱਕ ਦੇ ਵਿੱਚ ਕੀਤਾ ਗਿਆ ਅਤੇ ਉੱਥੇ ਦੇ ਪੁਲਿਸ ਨੇ ਅੱਜ 300 ਬੰਦਾ ਅਰੈਸਟ ਕੀਤਾ ਆ ਜਿਹੜਾ ਕਿ ਪ੍ਰੋਟੈਸਟ ਕਰਨ ਆਇਆ ਸੀ ਅਮਰੀਕਾ ਦੇ ਵਿੱਚ, ਅਤੇ ਘਰਾਂ ਦੇ ਵਿੱਚ ਜਾ ਕੇ ਵੀ ਦੱਸਿਆ ਗਿਆ ਜੀ ਅਰੈਸਟ ਕੀਤਾ ਗਿਆ ਆ ਲੋਕਾਂ ਨੂੰ, ਪੁਲਿਸ ਜਿਹੜੀ ਸੀਗੀ ਖਿੜਕੀਆਂ ਰਾਹੀਂ ਐਂਟਰ ਕਰਕੇ ਅੰਦਰ ਗਈ ਆ। ਬਾਕੀ ਹੈਗੀਆਂ ਜੀ ਆਪਣੀ ਅੱਜ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟ, ਮਿਲਦੇ ਹਾਂ ਤੁਹਾਨੂੰ ਕੱਲ੍ਹ ਦੀਆਂ ਖਬਰਾਂ ਨਾਲ। ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤਤਲੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ।